ਭਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਬਾਈ ਜੀ ਮਕਾਨ ਸ਼ਿਫਟ ਕੀਤਾ ਜਾ ਰਿਹਾ, ਕਿਹੜਾ ਰੋਡ ਹੈ ਜੀ ਇਹ? ਨਵਾਂ ਸ਼ਹਿਰ ਰੋਡ 'ਤੇ। ਪਿੰਡ ਕਿਹੜਾ ਜੀ ਇਹ? ਪਿੰਡ ਕਿਹੜਾ ਬਾਈ ਇਹ? ਮੱਲਾ ਸੋਢੀਆਂ। ਇੱਥੇ ਬਾਈ ਜੀ 2000 ਸਕੁਏਅਰ ਫੁੱਟ ਮਕਾਨ ਹੈ, ਜੋ ਤਕਰੀਬਨ 100 ਜਾਂ 105 ਫੁੱਟ ਰੋਡ ਨਾ। ਕੰਮ ਕਰਨ ਵਾਲੀ ਪਾਰਟੀ ਮੋਗੇ ਤੋਂ ਨਿਹਾਲ ਸਿੰਘ ਵਾਲਾ, ਗੁਰੂ ਬਿਲਡਿੰਗ ਲਿਫਟਿੰਗ ਰਜਿਸਟਰਡ ਪੰਜਾਬ ਮੋਗਾ। ਆਹ ਮੁੰਡੇ ਜੈਕ ਮਾਰ ਰਹੇ, ਮਕਾਨ ਜਾ ਰਿਹਾ, ਤਕਰੀਬਨ 11-12 ਫੁੱਟ ਮਕਾਨ ਤੁਰ ਗਿਆ ਜੀ। ਮਕਾਨ 'ਤੇ ਕੋਈ ਨੁਕਸਾਨ ਨਹੀਂ, 100% ਗਰੰਟੀ ਆ। ਕੰਟੈਕਟ ਨੰਬਰ ਤੁਹਾਨੂੰ ਜੀ ਆਪਣਾ ਤੁਸੀਂ ਦੇਖ ਸਕਦੇ ਹੋ। ਤਕਰੀਬਨ 12-13 ਫੁੱਟ ਮਕਾਨ ਤੁਰ ਗਿਆ, ਇਸ ਤਰ੍ਹਾਂ ਚੈਨਰ ਪਾ ਕੇ ਸੈਟਿੰਗ ਕਰਕੇ 100% ਗਰੰਟੀ ਨਾਲ ਮਕਾਨ ਉੱਚੇ ਅਤੇ ਸ਼ਿਫਟ ਕੀਤੇ ਜਾਂਦੇ ਆ। ਤੁਹਾਡੇ ਮਕਾਨ ਦਾ ਕੋਈ ਵੀ ਨੁਕਸਾਨ ਨਹੀਂ ਹੋਵੇਗਾ, ਜੇ ਕੋਈ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਗੁਰੂ ਬਿਲਡਿੰਗ ਲਿਫਟਿੰਗ ਕੰਪਨੀ ਜ਼ਿੰਮੇਵਾਰ ਹੋਵੇਗੀ। ਇਸ ਤਰ੍ਹਾਂ ਰੇਲ ਤਰ੍ਹਾਂ ਲੈਣਾ ਬਣਾ ਕੇ ਮਕਾਨ ਨੂੰ ਸੈੱਟ ਕੀਤਾ ਜਾਂਦਾ ਹੈ। ਇਹ ਤਕਰੀਬਨ ਮਕਾਨ ਉਹ ਜਿੱਥੇ ਤੁਹਾਨੂੰ ਬੱਸੀ ਦਿਸ ਰਹੀ ਆ ਗਾਂ ਖੜੀ, ਉੱਥੇ ਲੈ ਕੇ ਜਾਣਾ। ਹੱਥ ਜੋੜ ਕੇ ਬੇਨਤੀ ਆ, ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ। ਪੂਰਾ ਮਕਾਨ ਦਿਖਾ ਰਹੇ ਹਾਂ ਜੀ, ਡਬਲ ਮੰਜ਼ਿਲ ਮਕਾਨ ਹੈ, ਤਕਰੀਬਨ 2100 ਫੁੱਟ ਆ, ਤਕਰੀਬਨ ਇਹਨੂੰ 100 ਫੁੱਟ ਰੋੜਨਾ। ਵੀਡੀਓ ਫੇਸਬੁੱਕ 'ਤੇ ਪਾਵਾਂਗੇ, ਹੱਥ ਜੋੜ ਕੇ ਬੇਨਤੀ ਹੈ ਇਹਨੂੰ ਸ਼ੇਅਰ ਜ਼ਰੂਰ ਕਰਿਆ ਕਰੋ, ਕਿਉਂਕਿ ਜਿਨ੍ਹਾਂ ਨੂੰ ਨੰਬਰਾਂ ਦੀ ਜ਼ਰੂਰਤ ਹੁੰਦੀ ਮਿਲ ਜਾਂਦੇ ਆ। ਗੋਲੀਆਂ ਸਿੱਧੀਆਂ ਕਰਾਓਗੇ, ਕੰਟੈਕਟ ਨੰਬਰ 97-16-92-813-84-276-27-4। ਮਿਹਰਬਾਨੀ ਕਰਕੇ ਸ਼ੇਅਰ ਜ਼ਰੂਰ ਕਰਦਿਆ ਕਰੋ ਬਾਈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।